ਬੀਜਪੀ ਲੀਡਰ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਭਾਰਤ ਛੱਡ ਕੇ ਹੁਣ ਮਨਪ੍ਰੀਤ ਬਾਦਲ ਵਿਦੇਸ਼ ਫਰਾਰ ਨਹੀਂ ਹੋ ਸਕਦਾ ਇਹ ਮੁਸ਼ਕਲਾਂ ਬੀਜਪੀ ਦੇ ਹੀ ਲੀਡਰ ਸਰੂਪ ਚੰਦ ਸਿੰਘਲਾ ਨੇ ਵਧਾਈਆਂ ਨੇ ਤੇ ਕਾਰਵਾਈ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਿਆਸਤ ਚ ਲਿਆਂਦੇਗੇ ਆਪਣੇ ਦੋਸਤ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਵਿਜੀਲੈਂਸ ਟੀਮ ਨੇ ਬਿੱਤੇ ਦਿਨ ਭਾਜਪਾ ਲੀਡਰ ਦੀ ਗ੍ਰਿਫਤਾਰੀ ਦੇ ਲਈ ਪਿੰਡ ਬਾਦਲ ਲੰਬੀ ਦੇ ਵਿੱਚ ਉਹਨਾਂ ਦੀ ਰਿਹਾਈ ਤੇ ਛਾਪਾ ਮਾਰਿਆ ਟੀਮ ਤਕਰੀਬਨ 1 ਘੰਟਾ ਉੱਥੇ ਰੁਕੀ ਰਹੀ ਰਿਹائش ਤੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕੀਤੀ ਪਰ ਮਨਪ੍ਰੀਤ ਸਿੰਘ ਬਾਦਲ ਨਹੀਂ ਮਿਲੇ ਜਿਸ ਤੋਂ ਬਾਅਦ ਵਿਜੀਲੈਂਸ ਨੂੰ ਖਦਸ਼ਾ ਹੈ ਕਿ ਹੁਣ ਉਹ ਵਿਦੇਸ਼ ਦੇ ਵਿੱਚ ਨਾ ਫਰਾਰ ਹੋ ਜਾਣ ਇਸ ਦੇ ਲਈ ਉਹਨਾਂ ਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਬਠਿੰਡਾ ਅਦਾਲਤ ਨੇ ਐਲਓਸੀ ਜਾਰੀ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਾਜੀਵ ਕੁਮਾਰ ਅਮਨਦੀਪ ਸਿੰਘ ਤੇ ਵਿਕਾਸ ਵਿਕਾਸ अरोੜਾ ਇਹਨਾਂ ਦਾ ਜਿਹੜਾ ਹੈ ਰਿਮਾਂਡ 28 ਸਤੰਬਰ ਤੱਕ ਵਿਜੀਲੈਂਸ ਨੇ ਹਾਸਲ ਕਰ ਲਿਆ ਇਸ ਜਿਹੜਾ ਸਾਰਾ ਮਾਮਲਾ ਹੈ ਇਹ ਬਠਿੰਡਾ ਮਾਡਲ ਟਾਊਨ ਫੇਜ਼ 1 ਨੇੜੇ ਟੀਵੀ ਟਾਵਰ ਵਿਖੇ 1560 ਵਰਗ ਗੱਜ ਦੇ ਦੋ ਪਲਾਟਾਂ ਦੀ ਖਰੀਦ ਦੇ ਨਾਲ ਜੁੜਿਆ ਹੋਇਆ। ਮਨਪ੍ਰੀਤ ਸਿੰਘ ਬਾਦਲ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਸਾਲ 2018 ਤੋਂ ਲੈ ਕੇ ਸਾਲ 2021 ਤੱਕ ਸੂਬਾ ਸਰਕਾਰ ਦੇ ਵਿੱਚ ਵਿੱਤ ਮੰਤਰੀ ਰਹਿੰਦਿਆਂ ਆਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਪਲਾਟ ਖਰੀਦੇ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬਨ 65 ਲੱਖ ਰੁਪਏ ਦਾ مالی ਨੁਕਸਾਨ ਹੋਇਆ। ਵਿਜੀਲੈਂਸ ਹੁਣ ਤੱਕ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਜੋ ਨਿਊ ਸ਼ਕਤੀਨਗਰ ਬਠਿੰਡਾ ਦਾ ਰਹਿਣ ਵਾਲਾ ਅਮਨਦੀਪ ਸਿੰਘ ਵਾਸੀ ਲਾਲ ਸਿੰਘ ਵਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਇਹ ਰਿਮਾਂਡ ਤੇ ਹੈ ਵਿਜੀਲੈਂਸ ਦੇ ਪੰਜਾਬੀ ਟਰਬਿਨ ਦੀ ਰਿਪੋਰਟ ਦੇ ਮੁਤਾਬਕ ਵਿਜੀਲੈਂਸ ਨੂੰ ਮਿਲੇ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਯਾਨੀ ਕਿ ਬਾਦਲ ਵੱਲੋਂ ਘੱਟ ਕੀਮਤ ਤੇ ਪਲਾਟ ਦੀ ਰਜਿਸਟਰੀ ਕਰਵਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਹੈ ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਦੀ ਰਜਿਸਟਰੀ 16000 ਰੁਪਏ ਪ੍ਰਤੀ ਗੱਜ ਦੇ ਹਿਸਾਬ ਦੇ ਨਾਲ ਕਰਵਾਈ ਗਈ ਜਦਕਿ ਬੀ ਡੀਏ ਨੇ ਇਸ ਪਲਾਟ ਦੀ ਬੋਲੀ 25371 ਰੁਪਏ ਦੇ ਹਿਸਾਬ ਦੇ ਨਾਲ ਤੋੜੀ ਸੀ ਇਸ ਹਿਸਾਬ ਨਾਲ ਪਲਾਟ ਦੀ ਰਜਿਸਟਰੀ ਦੇ ਵਿੱਚ ਕਰੀਬ 14 ਲੱਖ ਰੁਪਏ ਦੀ ਟੈਕਸ ਚੋਰੀ ਹੋਈ ਹੈ ਤੇ ਦੂਸਰੇ ਪਾਸੇ ਆਮਦਨ ਕਰ ਦੀ ਅਲੱਗ ਚੋਰੀ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪਲਾਟ ਮਾਮਲੇ ਦੇ ਵਿੱਚ ਸਰਕਾਰ ਨੂੰ 65 ਲੱਖ ਦੇ ਕਰੀਬ ਦਾ ਜਿਹੜਾ ਹੈ ਚੂਨਾ ਲੱਗ ਚੁੱਕਿਆ ਹੈ ਸਰਕਾਰੀ ਸੂਤਰਾਂ ਦੇ ਅਨੁਸਾਰ ਜਦੋਂ ਇਹਨਾਂ ਪਲਾਟਾਂ ਦੀ ਈ ਨਿਲਾਮੀ ਸ਼ੁਰੂ ਹੋਈ ਸੀ ਤਾਂ ਪੋਰਟਲ ਜੋ ਸਰਕਾਰ ਦਾ ਹੈ ਪੋਰਟਲ ਦੇ ਉੱਪਰ ਪਲਾਟਾਂ ਦਾ ਅਜਿਹਾ ਨਕਸ਼ਾ ਅਪਲੋਡ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਪਲਾਟ ਦੇ ਨੰਬਰ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਇਸ ਕਾਰਨ ਪੋਰਟਲ ਖੁੱਲੇ ਹੋਣ ਦੇ ਬਾਵਜੂਦ ਕਿਸੇ ਨੇ ਵੀ ਇਹ ਪਲਾਟ ਲੈਣ ਦੇ ਲਈ ਅਪਲਾਈ ਨਹੀਂ ਕੀਤਾ ਪਲਾਟ ਦੀ ਨਿਲਾਮੀ ਦੇ ਲਈ ਇਹ ਜਿਹੜਾ ਪੋਰਟਲ ਹੈ 17 ਸਤੰਬਰ 2021 ਤੋਂ 21 ਸਤੰਬਰ 2021 ਤੱਕ ਯਾਨੀ ਕਿ 10 ਦਿਨਾਂ ਦੇ ਲਈ ਖੁੱਲਾ ਰੱਖਿਆ ਗਿਆ ਸੀ ਨਕਸ਼ੇ ਤੋਂ ਪਲਾਟ ਨੰਬਰ ਨਾ ਮਿਲਣ ਦੇ ਕਾਰਨ ਪਹਿਲੇ 9 ਦਿਨ ਤੱਕ ਕਿਸੇ ਨੇ ਵੀ ਅਪਲਾਈ ਨਹੀਂ ਕੀਤਾ ਫਿਰ ਆਖਰੀ 10ਵੇਂ ਦਿਨ ਜਿਹੜਾ 27 ਸਤੰਬਰ ਨੂੰ ਆਖਰੀ 10ਵੇਂ ਦਿਨ ਇੱਕ ਹੀ ਲੈਪਟਾਪ ਦੇ ਰਾਹੀਂ ਯਾਨੀ ਕਿ ਇੱਕ ਹੀ ਆਈਪੀ ਐਡਰੈਸ ਦੇ ਰਾਹੀ ਇਹਨਾਂ ਪਲਾਟਾਂ ਦੇ ਲਈ ਆਨਲਾਈਨ ਅਪਲਾਈ ਕਰ ਦਿੱਤਾ ਗਿਆ ਜਿਸ ਕਾਰਨ ਇਹ ਅਰਜ਼ੀਆਂ ਸ਼ੱਕ ਦੇ ਘੇਰੇ ਦੇ ਵਿੱਚ ਆਈਆਂ ਸਨ ਕਿਉਂਕਿ ਜਦੋਂ ਇਹ ਨਹੀਂ ਪਤਾ ਕਿ ਪਲਾਟ ਕਿਹੜੇ ਨੇ ਕੀ ਨੰਬਰ ਹੈ ਤਾਂ ਫਿਰ ਆਨਲਾਈਨ ਬੋਲੀ ਕਿਵੇਂ ਲਗਾ ਦਿੱਤੀ ਗਈ ਇਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿ ਬਿਨੇਕਾਰਾਂ ਨੇ ਇਹ ਇੱਕ ਹੀ ਲੈਪਟਾਪ ਤੋਂ ਬੋਲੀ ਕਿਵੇਂ ਲਗਾ ਦਿੱਤੀ ਵਿਜੀਲੈਂਸ ਦੀ ਜੋ ਮੋਡਰਲੀ ਜਾਂਚ ਹੋਈ ਹੈ ਇਸ ਦੇ ਦੌਰਾਨ ਜੋ ਸਾਹਮਣੇ ਤੱਥ ਆਏ ਨੇ ਇਹਨਾਂ ਪਲਾਟਾਂ ਦੀ ਜਿਹੜੀ ਹੈ 27 ਸਤੰਬਰ 2021 ਨੂੰ ਨਿਲਾਮੀ ਹੁੰਦੀ ਹੈ ਅਤੇ 4 ਤੇ 5 ਅਕਤੂਬਰ ਨੂੰ 63 ਲੱਖ 34 ਲੱਖ ਰੁਪਏ ਦੀ ਜਿਹੜੀ ਅਦਾਇਗੀ 63 ਲੱਖ ਦੀ ਇੱਕ 34 ਲੱਖ ਦੀ ਇੱਕ ਅਦਾਇਗੀ ਜਿਹੜੀ ਹੈ ਰਾਜੀਵ ਕੁਮਾਰ ਨੇ ਕੀਤੀ ਤੇ ਵਿਕਾਸ अरोड़ा ਦੇ ਖਾਤਿਆਂ ਦੇ ਵਿੱਚੋਂ ਟ੍ਰਾਂਸਫਰ ਕੀਤੀ ਜਾਂਦੀ ਹੈ ਜਦੋਂ ਕਿ ਉਸ ਸਮੇਂ ਤੱਕ ਉਹਨਾਂ ਨੂੰ ਬੀਡੀਏ ਵੱਲੋਂ ਕੋਈ ਅਲਾਟਮੈਂਟ ਪੱਤਰ ਨਹੀਂ ਸੀ ਦਿੱਤਾ ਗਿਆ ਯਾਨੀ ਕਿ ਪਹਿਲੇ ਖਰੀਦਦਾਰ ਨੂੰ ਵੀ ਆਪਣੇ ਪਲਾਟਾਂ ਦੀ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਪਲਾਟ ਕਿਹੜੇ ਨੇ ਰਾਜੀਵ ਕੁਮਾਰ ਤੇ ਵਿਕਾਸ ਉਰੋੜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੋਇਆ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਦੇ ਦੌਰਾਨ ਬਠਿੰਡਾ ਦੇ ਅਰਬਨ ਸਟੇਟ ਦੇ ਵਿੱਚ ਦੋ ਰਿਹਾਇਸ਼ੀ ਪਲਾਟ ਰਾਜੀਵ ਤੇ ਵਿਕਾਸ ਤੋਂ ਖਰੀਦੇ ਸੀ ਜਿਨ੍ਹਾਂ ਨੇ ਇਹ ਵਿਜੀਲੈਂਸ ਨੇ ਜਿਨ੍ਹਾਂ ਨੂੰ ਹੁਣ ਗ੍ਰਿਫਤ ਦੇ ਵਿੱਚ ਲਿਆ ਤੇ ਹੁਣ ਇਹਨਾਂ ਤੋਂ ਹੀ ਅੱਗੇ ਜਿਹੜਾ ਹੈ ਮਨਪ੍ਰੀਤ ਬਾਦਲ ਤੱਕ ਵਿਜੀਲੈਂਸ ਦੀ ਜਾਂਚ ਪਹੁੰਚੀ ਹੈ ਰਾਜੀਵ ਕੁਮਾਰ ਵਿਕਾਸ अरोੜਾ ਨੇ ਬੋਲੀ ਦੇ ਵਿੱਚ ਸ਼ਮੂਲੀਅਤ ਲਈ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਸੀਰੀਅਲ ਨੰਬਰ ਵਾਲੇ ਸਨ ਜੋ ਉਹਨਾਂ ਖਿੱਦੇ ਸੀ ਦੋਵਾਂ ਦੇ ਅਸ਼ਟਾਮ ਇੱਕੋ ਸੀਰੀਅਲ ਨੰਬਰ ਵਾਲੇ ਤੇ ਦੋਵਾਂ ਦੇ ਗਵਾਹ ਵੀ ਇੱਕੋ ਹੀ ਸਨ ਜਿਸ ਕਰਕੇ ਹੋਰ ਸ਼ੱਕ ਜਿਹੜਾ ਹੈ ਵਿਜੀਲੈਂਸ ਦਾ ਵੱਧ ਜਾਂਦਾ ਫਿਲਹਾਲ ਮਨਪ੍ਰੀਤ ਬਾਦਲ ਰੂਪੋਸ਼ ਹੋ ਚੁੱਕੇ ਹੈ ਵਿਜੀਲੈਂਸ ਲਗਾਤਾਰ ਉਹਨਾਂ ਦੀ ਭਾਲ ਦੇ ਵਿੱਚ ਹੈ ਤੇ ਹੁਣ ਉਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਹੋ ਚੁੱਕੇ ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਨੇ ਇਸ ਨੂੰ ਸਿਰਫ ਇੱਕ ਸਿਆਸੀ ਸਟੰਡ ਕਰਾਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਮੇਰੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਹੈ ਸਿਆਸੀ ਪੜਾਅਸ ਕੱਢਣ ਦੇ ਲਈ ਮਨਪ੍ਰੀਤ ਸਿੰਘ ਬਾਦਲ ਜੋ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੁੰਦੇ ਸਨ ਅਕਤੂਬਰ 2010 ਦੇ ਵਿੱਚ ਫਿਰ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੂੰ ਅਕਾਲੀ ਦਲ ਦੇ ਵਿੱਚੋਂ ਜਾਂ ਫਿਰ ਕਹਿ ਲੋ ਕਿ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ ਫਿਰ ਇਸ ਤੋਂ ਬਾਅਦ ਸਾਲ 2010 ਚੜ੍ਹਦਾ ਹੈ ਤੇ ਸਾਬਕਾ ਵਿੱਤ ਮੰਤਰੀ ਨੇ ਆਪਣੀ ਨਵੀਂ ਸਿਆਸੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਜਿਸ ਨੂੰ ਉਹਨਾਂ ਨੇ ਸਾਲ 2017 ਦੇ ਵਿੱਚ ਕਾਂਗਰਸ ਦੇ ਨਾਲ ਰਿਲੇਵਾ ਕਰ ਲਿਆ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਿਲੇਵਾ ਹੁੰਦਾ ਤਾਂ ਭਗਵੰਤ ਮਾਨ ਵੀ ਇਸ ਪਾਰਟੀ ਦੇ ਨਾਲ ਜੁੜੇ ਹੁੰਦੇ ਆ ਤਾਂ ਫਿਰ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਆ ਪੀਪਲਜ਼ ਪਾਰਟੀ ਆਫ ਪੰਜਾਬ ਜਿਹੜੀ ਹੈ ਉਹ ਮਨਪ੍ਰੀਤ ਬਾਦਲ ਸੀ ਬਾਦਲ ਦੀ ਸੀ ਉਹ ਕਾਂਗਰਸ ਚ ਆ ਕੇ ਚਲੀ ਜਾਂਦੀ ਹੈ ਫਿਰ ਕਾਂਗਰਸ ਦੇ ਵਿੱਚ ਜਿਹੜਾ ਹੈ ਮਨਪ੍ਰੀਤ ਬਾਦਲ ਨੇ ਕਾਂਗਰਸ ਦੀ ਟਿਕਟ ਤੋਂ ਹੀ ਸਾਲ 2017 ਦੀ ਵਿਧਾਨ ਸਭਾ ਚੋਣਾਂ ਬਠਿੰਡਾ ਸ਼ਹਿਰੀ ਤੋਂ ਲੜੀਆਂ ਤੇ ਜਿੱਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਸਾਲ 2017 ਦੇ ਵਿੱਚ ਇਸ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਜਾਂਦੇ ਨੇ ਮੌਜੂਦਾ ਸਮੇਂ 7 ਸਾਲ ਬਾਅਦ ਕਾਂਗਰਸ ਛੱਡ ਭਾਜਪਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋਏ ਹੈ ਤਾਂ ਸਰੂਪ ਚੰਦ ਸਿੰਘਲਾ ਜੋ ਭਾਜਪਾ ਦੇ ਲੀਡਰ ਹੈ ਇਹਨਾਂ ਨੇ ਹੀ ਸ਼ਿਕਾਇਤ ਕੀਤੀ ਸੀ ਮਨਪ੍ਰੀਤ ਸਿੰਘ ਬਾਦਲ ਦੇ ਜਦੋਂ ਉਹ ਵਿੱਤ ਮੰਤਰੀ ਸੀ ਯਾਨੀ ਕਿ ਕਾਂਗਰਸ ਦੇ ਵਿੱਚ ਸ਼ਾਮਲ ਸੀ ਤਾਂ ਸਰੂਪ ਚੰਦ ਸਿੰਘਲਾ ਦੇ ਨਾਲ ਅਸੀਂ ਕੰਟੈਕਟ ਸੱਦਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਬੰਦ ਆ ਰਿਹਾ ਸਵਿਚ ਆਫ ਮੋਬਾਈਲ ਉਹਨਾਂ ਦਾ ਦੱਸ ਰਿਹਾ ਇਸ ਕਰਕੇ ਅਸੀਂ ਉਹਨਾਂ ਦਾ ਹੋਰ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਸਕੀ ਤਾਂ ਇਹ ਜਿਹੜੀ ਸ਼ਿਕਾਇਤ ਹੈ ਵਿਜੀਲੈਂਸ ਤੱਕ ਸਰੂਪ ਚੰਦ ਸਿੰਘਲਾ ਨੇ ਹੀ ਦਿੱਤੀ ਸੀ ਕੀ ਟੀਵੀ ਟਾਵਰ ਨੇੜੇ ਜੋ ਪਲਾਟ ਹੈ ਇਸ ਦੇ ਵਿੱਚ ਵੱਡਾ ਘੁਟਾਲਾ ਹੋਇਆ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਾ ਇਸ ਦੀ ਜਾਂਚ ਕੀਤੀ ਜਾਏ ਤਾਂ ਹੁਣ ਵਿਜੀਲੈਂਸ ਪਿਛਲੇ ਕਾਫੀ ਦਿਨਾਂ ਤੋਂ ਕਈ ਮਹੀਨਿਆਂ ਤੋਂ ਇਸ ਦੀ ਜਾਂਚ ਕਰ ਰਹੀ ਹੁੰਦੀ ਹੈ ਤੇ ਹੁਣ ਆਖਰਕਾਰ ਤਿੰਨ ਜਣੇ ਜਿਹੜੇ ਹੈ ਉਹਨਾਂ ਦੇ ਅਰੈਸਟ ਕਰ ਲਿਆ ਗਿਆ ਮਨਪ੍ਰੀਤ ਸਿੰਘ ਬਾਦਲ ਸਮੇਤ ਇੱਕ ਹੋਰ ਹਲੇ ਤੱਕ ਗ੍ਰਿਫਤਾਰ ਨਹੀਂ ਹੋਇਆ ਕੁੱਲ ਪੰਜ ਜਣੇ ਇਸ ਦੇ ਵਿੱਚ ਨਾਮਜ਼ਦ ਹੋ ਚੁੱਕੇ ਨੇ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ